ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸੈਂਚੁਰੀ ਅਤੇ ਮੈਂ ਤੁਹਾਡਾ ਮਿਹਮਾਨ ਮਦਰ ਸੈਂਚੁਰੀਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਦਿੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਅਤੇ ਬੜਾ ਮਸ਼ਹੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ ਅਤੇ ਬੜੀ ਚਾਅ ਦੇ ਨਾਲ ਵੇਖਦੇ ਨੇ ਅਤੇ ਦੋਸਤਾਂ ਜਨਾਬ ਮੇਰੀ ਵੀਡੀਓ ਜਨਾਬ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਵੇਖਣੀ ਹੈ ਤਾਂ ਕਿ ਤੁਹਾਨੂੰ ਪੂਰੀ ਗੱਲ ਦੀ ਸਮਝ ਆ ਸਕੇ। ਇਹ ਜਨਾਬ ਗਾਏ ਦੀ ਮੈਂ ਚੁਆਈ ਕਰਵਾਉਣ ਲੱਗਾ ਅਤੇ ਮੈਂ ਕਿਹਾ ਇੱਕ ਨਜ਼ਰ ਤੁਹਾਨੂੰ ਚੁਆਈ ਤੋਂ ਪਹਿਲਾਂ ਵੀ ਮਰਵਾ ਦੇਈਏ। ਇਹ ਦੂਸਰਾ ਸੂਆ ਘਰਾਸ ਦੇ ਵਿੱਚ ਵਹਿੜੇ ਪਿੱਛੇ ਦੇ ਬੱਚਾ, ਇਹਨੂੰ 2-3 ਦਿਨ ਹੋ ਗਿਆ ਸੂਈ ਨੂੰ। ਦੂਸਰਾ ਸੂਆ ਹੈ 2-3 ਦਿਨ ਹੋ ਗਿਆ ਸੂਈ ਨੂੰ, ਪਿੱਛੇ ਬੱਚਾ। 1.5 ਲੱਖ ਰੁਪਈਆ ਦਾ ਮੁੱਲ ਹੈ, ਇਹਦੇ 'ਚ ਪਿਆਰ ਮੁਹੱਬਤ ਵੀ ਹੋ ਜਾਏਗੀ ਥੋੜ੍ਹੀ ਬਹੁਤੀ। ਇਹ ਆਪਣੇ ਸਾਹਮਣੇ ਮਾਲਕਾਂ ਜਨਾਬ ਬੱਚਾ ਲਾ ਦਿੱਤਾ ਅਤੇ ਜਿਵੇਂ ਚੁਆਵੇ ਚੁਆਈ ਇਹਦੀ ਹੋਵੇਗੀ ਆਪਣੇ ਦੁੱਧ ਸਾਹਮਣੇ ਆ ਜਾਏਗਾ ਥੋੜ੍ਹਾ ਜ਼ਿਆਦਾ ਜੋ ਹਿਸਾਬ ਕਿਤਾਬ ਹੈ। ਉੱਥੇ ਕੋਲੇ ਜਾ ਕੇ ਪਰਾਂ ਜਾ ਕੇ ਬਹਿਰ ਦਾਨ ਪਰਾਂ ਜਾ ਚੁਆਈ ਵਾਹ ਦਿਆ ਨਜ਼ਰ ਆਵੇ, ਬਰਤਨ ਖੇਤਨ ਵਿਖਾ ਲਿਆ ਜੀ। ਦੂਸਰਾ ਸੂਆ ਹੈ ਪਿੱਛੇ ਬੱਚਾ ਹੈ, ਸੂਈ ਨੂੰ ਅੱਜ 3-4 ਦਿਨ ਹੋ ਗਿਆ ਜਨਾਬ ਇਸ ਵਹਿੜ ਨੂੰ। 1.5 ਲੱਖ ਰੁਪਏ ਮੁੱਲ ਹੈ, ਵਿੱਚ ਥੋੜ੍ਹਾ ਬਹੁਤਾ ਪਿਆਰ ਮੁਹੱਬਤ ਵੀ ਕਰਾਂਗੇ ਇਨਸ਼ਾਅੱਲਾ। ਨੰਬਰ ਮੇਰਾ 0304-7976। ਇਹੋ ਮੇਰੇ ਵਟਸਐਪ ਦਾ ਨੰਬਰ ਹੈ, ਇਹੋ ਈਮੇਲ ਦਾ ਨੰਬਰ ਹੈ, ਲੋਕੇਸ਼ਨ ਮੇਰੀ ਜਿੰਨਾ ਦੁੱਧ ਹੋਇਆ ਫਿਰ ਸਾਹਮਣੇ ਆ ਜਾਏਗਾ ਇਨਸ਼ਾਅੱਲਾ। ਇਹ ਸ਼ਾਮ ਦੇ ਟਾਈਮ ਦੀ ਚੁਆਈ ਹੋ ਰਹੀ। ਖੜੀ ਰਹਿਣ ਕਿਹੜੀ ਨੇ ਖੜੀ ਰਹਿਣ ਦੇ ਯਾਰ ਆਪਾਂ ਨੂੰ ਕੀ ਬਰਤਨ ਖਾ ਲਿਆ ਚੱਲੀ ਬਾਕੀ ਠੀਕ ਹੋ ਗਿਆ। ਬਾਲਟੀ ਤੁਹਾਨੂੰ ਥੱਲੇ ਰੱਖ ਲਾ, ਤੂੰ ਥੱਲੇ ਰੱਖ ਕੇ ਚੋਈ ਜਾ,
ਫਟਾਫਟ ਆਵੇ। ਚਲ ਬਸ ਕਰੋ, ਆ ਜਾਓ, ਬੱਚੇ ਨੂੰ ਛੱਡ ਦੇ, ਬੱਚੇ ਨੂੰ ਛੱਡ ਦੇ। ਮਿਹਰਬਾਨੀ ਕਰੇ ਉਹ ਕੋਈ ਨੀ ਗੱਲ। ਸਾਲ ਬਾਅਦ ਹੀ ਚੱਕ।